ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ 78ਵੇਂ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ ਤੇ ਰਾਸ਼ਟਰ ਨੂੰ ਸੰਬੋਧਨ ਕੀਤਾ ਇਸ ਮੌਕੇ ਬੋਲਦਿਆਂ ਉਹਨਾਂ ਸਿੱਖਿਆ ਨੀਤੀ ਪੌਣ ਪਾਣੀ ਚ ਤਬਦੀਲੀ ਅਤੇ ਪੁਲਾੜ ਨਾਲ ਸੰਬੰਧਿਤ ਕਈ ਅਹਿਮ ਗੱਲਾਂ ਦੇਸ਼ਵਾਸੀਆਂ ਨਾਲ ਸਾਂਝੀਆਂ ਕੀਤੀਆਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਿਹਾ ਕਿ ਸਾਡੇ ਅੰਨਦਾਤਾ ਕਿਸਾਨਾਂ ਨੇ ਉਮੀਦਾਂ ਨਾਲੋਂ ਬਿਹਤਰ ਖੇਤੀ ਉਤਪਾਦ ਯਕੀਨੀ ਬਣਾਏ ਅ지ਹਾ ਕਰਕੇ ਉਹਨਾਂ ਨੇ ਭਾਰਤ ਨੂੰ ਖੇਤੀ ਖੇਤਰ ਵਿੱਚ ਆਤਮ ਨਿਰਭਰ ਬਣਾਉਣ ਅਤੇ ਦੇਸ਼ਵਾਸੀਆਂ ਨੂੰ ਭੋਜਨ ਮੁਹੱਈਆ ਕਰਵਾਉਣ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਹੈ ਸਾਡੇ ਅੰਨਦਾਤਾ ਕਿਸਾਨੋ ਨੇ ਉਮੀਦੋਂ ਸੇ बेहतर कृषि उत्पादन सुनिश्चित किया है ऐसा करके उन्होंने भारत को कृषि क्षेत्रों में आत्मनिर्भर बनाने और हमारे देशवासियों को भोजन उपलब्ध कराने में अमूल्य योगदान दिया है ਰਾਸ਼ਟਰਪਤੀ ਨੇ ਕਿਹਾ ਕਿ ਇਹ ਸਾਡੇ ਲਈ ਫਖਰ ਦੀ ਗੱਲ ਹੈ ਕਿ ਭਾਰਤ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਅਰਥਚਾਰਾ ਬਣ ਗਿਆ ਹੈ ਅਤੇ ਖੇਤੀ ਹੀ ਇਹ ਦੁਨੀਆ ਦੇ ਸਿਖਰਲੇ ਤਿੰਨ ਅਰਥਚਾਰਿਆਂ 'ਚ ਥਾਂ ਹਾਸਲ ਕਰ ਲਏਗਾ। ਰਾਸ਼ਟਰਪਤੀ ਨੇ ਇਸ ਦੌਰਾਨ ਭਾਰਤ ਦੀ ਅਗਵਾਈ ਵਿੱਚ ਜੀ-20 ਸਿਖਰ ਸੰਮੇਲਨ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਦਾ ਜ਼ਿਕਰ ਵੀ ਕੀਤਾ ਅਤੇ ਆਲਮੀ ਪੱਧਰ ਤੇ ਦੱਖਣ ਏਸ਼ੀਆ ਦੀਆਂ ਸਮੱਸਿਆਵਾਂ ਨੂੰ ਇੱਕ ਮੰਚ ਦੇਣ ਲਈ ਕੀਤੇ ਉਪਰਾਲੇ ਦੀ ਵੀ ਸ਼ਲਾਘਾ ਕੀਤੀ। ये हम सभी के लिए गर्व की बात है कि भारत दुनिया की पांचवी सबसे बड़ी अर्थव्यवस्था बन गए हैं और हम शीघ्र ही विश्व की तीन शीर्षस्थ अर्थव्यवस्थाओं में स्थान प्राप्त करने के लिए तैयार हैं जी ट्वेंटी की अपनी ਰਾਸ਼ਟਰਪਤੀ ਨੇ ਔਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵਿਸ਼ੇਸ਼ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਜਿਹੇ ਉਪਰਾਲਿਆਂ ਦਾ ਇੱਕੋ ਇੱਕ ਮੰਤਵ ਮਹਿਲਾ ਸਸ਼ਕਤੀਕਰਨ ਨੂੰ ਯਕੀਨੀ ਬਣਾਉਣਾ ਹੈ ਯੁਵਾ ਸ਼ਕਤੀ ਦਾ ਜ਼ਿਕਰ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਆਜ਼ਾਦੀ ਦੀ ਸ਼ਤਾਬਦੀ ਤੱਕ ਦੇ ਅੰਮ੍ਰਿਤਕਾਲ 'ਚ ਨੌਜਵਾਨਾਂ ਦੀ ਹਿੱਸੇਦਾਰੀ ਨੂੰ ਯਕੀਨੀ ਬਣਾਉਣ ਲਈ ਪ੍ਰਧਾਨ ਮੰਤਰੀ ਵੱਲੋਂ ਪੰਜ ਯੋਜਨਾਵਾਂ ਲਈ ਜਿੱਥੇ 4 ਕਰੋੜ 10 ਲੱਖ ਨੌਜਵਾਨਾਂ ਨੂੰ ਲਾਭ ਮਿਲੇਗਾ ਉੱਥੇ ਸਰਕਾਰ ਦੀ ਇੱਕ ਨਵੀਂ ਪਹਿਲ ਕਦਮੀ ਤਹਿਤ ਪੰਜ साल दौरान एक करोड़ नौ सिखलाई भी मिलेगी हमारे समाज में महिलाओं को केवल समानता का ही नहीं बल्कि समानता से भी ऊपर का दर्जा दिया जाता है हालांकि उन्हें परंपरागत पूर्वाग्रह का कष्ट भी झेलना पड़ा है लेकिन मुझे ये जानकर खुशी होती है कि सरकार ने महिला कल्याण और महिला सशक्तिकरण को समान महत्व तो दिया है ਰੋਜ਼ਗਾਰ ਅਤੇ ਕੌਸ਼ਲ ਕੇ ਲਿਏ ਪ੍ਰਧਾਨ ਮੰਤਰੀ ਕੀ 5 ਯੋਜਨਾਵਾਂ ਕੇ ਮਾਧਿਅਮ ਸੇ 5 ਬਰਸੋ ਮੇ 4 ਕਰੋੜ 10 ਲੱਖ ਜੁਵਾਨਾਂ ਕੋ ਲਾਭ ਮਿਲੇਗਾ ਭਾਰਤ ਦੇ ਪੁਲਾੜ ਵਿੱਚ ਵੱਧ ਰਹੇ ਕਦਮਾਂ ਦਾ ਜ਼ਿਕਰ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਅਗਲੇ ਸਾਲ ਗਗਨਯਾਨ ਮਿਸ਼ਨ ਦੀ ਸ਼ੁਰੂਆਤ ਦੀ ਬਾਕੀ ਦੇਸ਼ ਵਾਸੀਆਂ ਦੀ ਤਰ੍ਹਾਂ ਉਹ ਵੀ ਉਤਸੁਕਤਾ ਨਾਲ ਉਡੀਕ ਕਰ ਰਹੇ ਨੇ ਰਾਸ਼ਟਰਪਤੀ ਨੇ ਵਿਗਿਆਨ ਅਤੇ ਸੂਚਨਾ ਟੈਕਨਾਲੋਜੀ ਦੀ ਮਦਦ ਨਾਲ ਵੱਖ-ਵੱਖ ਖੇਤਰਾਂ 'ਚ ਦੇਸ਼ ਵੱਲੋਂ ਕੀਤੀ ਤਰੱਕੀ ਦਾ ਵੀ ਜ਼ਿਕਰ ਕੀਤਾ ਹਾਲ ਦੇ ਬਰਸਾਂ 'ਚ ਭਾਰਤ ਨੇ ਅੰਤਰਿਕਸ਼ ਅਨੁਸੰਧਾਨ ਦੇ ਖੇਤਰ 'ਚ ਅਬੋਧਪੂਰਵ ਪ੍ਰਗਤੀ ਕੀਤੀ ਹੈ आप सभी के साथ में भी अगले साल होने वाले गगन मिशन के शुभारंभ की उत्सुकता से प्रतिक्ञा कर रही हूँ इस मिशन के तहत के पहले ਇਸ ਸਾਲ ਜੁਲਾਈ ਮਹੀਨੇ ਤੋਂ ਦੇਸ਼ ਭਰ ਚ ਲਾਗੂ ਕੀਤੇ ਭਾਰਤੀ ਨਿਆਂ ਸੰਹਿਤਾ ਦਾ ਹਵਾਲਾ ਦਿੰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਤਿੰਨ ਨਵੇਂ ਕਾਨੂੰਨਾਂ ਨੇ ਬਸਤੀਵਾਦੀ ਯੁੱਗ ਦੀ ਇੱਕ ਹੋਰ ਨਿਸ਼ਾਨੀ ਨੂੰ ਹਟਾ ਦਿੱਤਾ ਹੈ ਰਾਸ਼ਟਰਪਤੀ ਨੇ ਸਮਾਜ ਦੇ ਵੱਖ-ਵੱਖ ਵਰਗਾਂ ਦੀ ਭਲਾਈ ਲਈ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਨੀਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਮਾਜਿਕ ਨਿਆਂ ਸਰਕਾਰ ਦੀ ਸਰਵਉੱਚ ਤਰਜੀਹ ਹੈ ਨਿਆਂ ਕੇ ਸੰਦਰਭ ਮੈਂ ਇਹ ਵੀ ਉਲ੍ਹੇਖ ਕਰਨਾ ਚਾਹਤੀ ਹਾਂ ਕਿ ਇਸ ਵਰਸ जुलाई में भारतीय न्याय संहिता को लागू करने में हमने औपनिवेशिक युग के एक और अवशेष को हटा दिया है नई संहिता का उद्देश्य केवल दंड देने की बजाय अपराध पीड़ितों के लिए न्याय सुनिश्चित करना है मैं इस बदलाव को स्वाधीनता सेनानियों के प्रति श्रद्धांजलि के रूप में देखती हूँ मेरे प्यारे देशवासियों ਪੈਰਿਸ 올림픽 ਖੇਡਾਂ ਦਾ ਜ਼ਿਕਰ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਖਿਡਾਰੀਆਂ ਨੇ ਇਹਨਾਂ ਖੇਡਾਂ ਦੌਰਾਨ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਹਿੱਸਾ ਲਿਆ ਅਤੇ ਦੇਸ਼ ਦੇ ਅਣਗਿਣਤ ਨੌਜਵਾਨਾਂ ਵਿੱਚ ਪ੍ਰੇਰਣਾ ਦਾ ਸੰਚਾਰ ਕੀਤਾ ਹੈ। ਉਨ੍ਹਾਂ ਪਿਛਲੇ ਇੱਕ ਦਹਾਕੇ ਦੌਰਾਨ ਖੇਡਾਂ ਦੇ ਖੇਤਰ 'ਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕੀਤੇ ਉਪਰਾਲਿਆਂ ਦਾ ਵੀ ਜ਼ਿਕਰ ਕੀਤਾ। ਹਾਲੇ ਮੇ ਸੰਪੰਨ ਪੈਰਿਸ 올림픽 ਖੇਲਮੇ ਭਾਰਤੀ ਦਲ ਨੇ ਆਪਣਾ ਉਤਕ੍ਰਿਸ਼ਟ ਪ੍ਰਯਾਸ ਕੀਤਾ। मैं खिलाड़ियों की निष्ठा और परिश्रम की सराहना करती हूँ उन्होंने युवाओं में प्रेरणा का संचार किया है क्रिकेट में भारत ने टी ट्वेंटी विश्व कप जीता जिससे बड़ी संख्या में क्रिकेट प्रेमी आनंदित हुए